मुख्यमंत्री भगवंत सिंह मान दिया कोशिशां सदका हुण पंजाब दे लोक शरीरक तंदुरुस्ती पखों जागरूक हो रहे ने। यही कारण है कि सूबे दियां पार्कां च रोजाना सवेरे शाम लोग योगा करदे दिखाई दे रहे ने। पंजाब सरकार वालों शुरू कीती सीएम दी योगशाला जन मुहिम बन गई है। इस मुहिम तहत पंजाब भर दे जिलियां च 3000 तो ज्यादा योग क्लासां चल रही है, जिस दे विच रोजाना 80,000 तो वध लोग योगा कर रहे ने। मेरा नाम ज्योति कौर है, ये मेनू 1.5 साल हो चुके है। मैं हर एक वर्ग के लोगों को योगा सिखा रही हूँ। अस्थमा की प्रॉब्लम, सर्वाइकल की प्रॉब्लम, मोटापे की प्रॉब्लम सी, शुगर की प्रॉब्लम सी, बीपी हाई हुंदा सी, उन्हां दी काफी बीमारियां दूर हुई। मुख्यमंत्री भगवंत सिंह मान का मानना है कि इस समय की लोड़ है कि ना सिर्फ चंगी सेहत बनाई जाए सगो उन्हां लोगों को तनाव तो भी दूर किया जाए जिन्हां नूं अपने जीवन च हर रोज अनेक चुनौतियां का सामना करना पैंदा है। अजिहे च मुफ्त सीएम दी योगशाला लोकां लई कारगर साबित हो रही है। एक मिस कॉल मारनी है तुसीं, असीं तुहाडे कोले योगा दा टीचर भेजांगे, उह तुहानूं उत्थे योगा कराऊगा और तुहाडे आले दुआले तो होऊगा कोई ना कोई, और असीं फ्री दे विच उह भेजांगे ते तुसीं महीने दो महीने तुसीं अपने सेहत पक्खों भी फर्क नज़र आऊगा, क्योंकि असीं चाहुंदे हां कि पंजाब सेहतमंद रहे। ਰਾਵਣ ਦਾ ਦਹਿਨ ਕਰਨਾ ਸੀਗਾ ਜੀ, ਜਿਹੜਾ ਪੁਤਲਾ ਸੀ 55 ਫੁੱਟ ਦਾ ਹੈਗਾ ਸੀਗਾ ਜੀ, ਅਤੇ ਇਹ ਅੱਜ ਹਵਾਜੀ ਚੱਲਣ ਨਾਲ ਅਚਾਨਕ ਥੱਲੇ ਡਿੱਗ ਗਿਆ। ਜੇ ਕਿਤੇ ਇਹ ਜਿਵੇਂ ਮਤਲਬ ਲੋਕ ਦੇਖਣ ਸ਼ਾਮ ਨੂੰ ਆਉਣਾ ਸੀਗਾ, ਜੇ ਕਿਤੇ ਉਸ ਟਾਈਮ ਗਿਰ ਜਾਂਦਾ ਤਾਂ ਇਹ ਬੜਾ ਵੱਡਾ ਹਾਦਸਾ ਹੋ ਸਕਦਾ ਸੀਗਾ ਜੀ। ਕੀ ਲੱਗਦਾ ਇਹ ਕਾਫੀ ਵੱਡੀ ਨਲਾਇਕੀ ਇਹਨਾਂ ਦੀ? ਹਾਂਜੀ, ਦੇਖੋ ਇਹਨਾਂ ਨੇ ਮਤਲਬ ਕੋਈ ਸੇਫਟੀ ਨਹੀਂ ਹੈਗੀ ਇਸ ਚੀਜ਼ ਦੀ, ਸਿੰਗਲ ਪੈਂਪ ਦੇ ਉੱਪਰ ਖੜਾਇਆ ਹੋਇਆ ਸੀ ਇਹਨਾਂ ਨੇ, ਅਤੇ ਮਤਲਬ ਫਿਰ ਵੀ ਬਹੁਤ ਬਚਾਅ ਹੋ ਗਿਆ ਇਹਨਾਂ ਦਾ ਜੋ ਪਹਿਲਾਂ ਹੀ ਹੋ ਗਿਆ। ਜੇ ਕਿਸ ਟਾਈਮ ਉਸ ਟਾਈਮ ਹੋ ਜਾਂਦਾ ਜਿਸ ਟਾਈਮ ਕੱਟ ਸੀਗਾ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਕਿਤੇ ਜੋ ਇਹ ਰਾਵਣ ਗਿਰ ਗਿਆ ਨੁਕਸਾਨ ਵੀ ਹੋ ਸਕਦਾ? ਨੁਕਸਾਨ ਬੱਚੇ ਗਏ ਸੀ, ਆਲੇ ਦੁਆਲੇ ਬੱਚੇ ਖੇਡ ਰਹੇ ਸੀਗੇ, ਕਿਸੇ ਦਾ ਨੁਕਸਾਨ ਵੀ ਹੋ ਸਕਦਾ, ਕੋਈ ਬੜੀ ਗੱਲ ਨਹੀਂ ਹੈ, ਛੋਟੇ ਛੋਟੇ ਬੱਚੇ ਨੇ। ਠੀਕ ਹੈ ਜੀ, ਕੀ ਲੱਗਦਾ ਵੀ ਜਿਹੜਾ ਹੈਗਾ ਅਣਗਹਿਲੀ ਹੈ ਪੂਰੀ ਤਰ੍ਹਾਂ, ਮਤਲਬ ਇਹਨਾਂ ਨੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬੰਨਿਆ ਨਹੀਂ ਨਾ, ਬੰਨਿਆ ਨਹੀਂ? ਉਹ ਹੈਗਾ ਵੀ ਕਾਫੀ 55 ਫੁੱਟ ਦਾ ਹੈਗਾ ਜੀ, ਕਾਫੀ ਬੜਾ ਲੰਬਾ। ਫਿਰ ਵੀ ਗਿਰ ਗਿਆ, ਦੱਸੋ ਇਹ ਤਾਂ ਗਿਰਨਾ ਨਹੀਂ ਚਾਹੀਦਾ, ਬੱਚਾ ਹੁਣ ਵੀ ਬਹੁਤ ਫਿਰਦੇ ਨਾਲ ਦੇਖਣ ਤਾਂ ਆਉਂਦਾ ਦੁਸ਼ਹਿਰੇ ਕਰਕੇ। ਹਾਂਜੀ, ਆਹੋ ਇਹ ਵੀ ਬੱਚਾ ਕਹਿੰਦਾ ਮੈਂ ਦੇਖਣਾ ਹੈ, ਮੈਂ ਕਿਹਾ ਚੱਲ ਤੈਨੂੰ ਦਿਖਾ ਲਿਆਉਂਦਾ ਪਹਿਲਾਂ। ਅੱਛਾ, ਹਾਂਜੀ। ਕਿੰਨੇ ਫੁੱਟ ਦੀ ਜਿਹੜਾ ਰਾਵਣ ਬਣਾਇਆ ਸੀ ਤੁਸੀਂ? ਇਹ 50 ਫੁੱਟ ਦਾ ਹੈਗਾ। ਅੱਛਾ, 50 ਫੁੱਟ। ਅਤੇ ਇਹ ਡਿੱਗ ਕਿਵੇਂ ਗਿਆ? ਇਹ ਹਵਾ ਦਾ ਝੋਕਾ ਪਿਆ ਉਧਰ ਵੱਧ, ਇੱਕ ਲੱਖ ਉਹ ਇੱਕ ਲੱਖ ਝੋਕੇ ਕਰਕੇ ਇਹਨੇ, ਮਤਲਬ ਮੋਟਾ ਹੈ ਨਾ, ਇਸ ਕਰਕੇ ਹਵਾ ਦਾ ਝੋਕਾ ਪੈਣ ਕਰਕੇ ਫਿਰ ਪਰਾਂ ਡਿੱਗ ਗਿਆ। ਹੁਣ ਇਹ ਪੈਰ ਤਾਂ ਤੁਹਾਨੂੰ ਪਤਾ ਹੀ ਹੈ, ਪੈਰ ਤਾਂ ਇੰਨੇ ਮੋਟੇ ਨਹੀਂ ਨਾ ਹੁੰਦੇ, ਹੈਗਾ ਮੋਟਾ ਇਹਦੇ, ਉਹ ਪਿਛਲੇ ਸਾਲ ਵੀ ਇਹਦੇ ਨਾਲ ਖੜਾ ਸੀ। ਤੁਸੀਂ ਕਿੱਥੇ ਸੀ ਜਦੋਂ ਇਹ ਹੋਇਆ? ਹਾਂ, ਕਿਵੇਂ ਗਿਰਿਆ ਫਿਰ? ਤੁਸੀਂ ਖੇਡ ਰਹੇ ਸੀ ਇੱਥੇ? ਅੱਛਾ, ਰਾਵਣ ਦਾ ਦਹਿਨ ਕਰਨਾ ਸੀਗਾ ਜੀ, ਜਿਹੜਾ ਪੁਤਲਾ ਸੀ 55 ਫੁੱਟ ਦਾ ਹੈਗਾ ਸੀਗਾ ਜੀ, ਅਤੇ ਇਹ ਅੱਜ ਹਵਾ ਜੀ ਚੱਲਣ ਨਾਲ ਅਚਾਨਕ ਥੱਲੇ ਡਿੱਗ ਗਿਆ। ਜੇ ਕਿਤੇ ਇਹ ਜਿਵੇਂ ਮਤਲਬ ਲੋਕ ਦੇਖਣ ਸ਼ਾਮ ਨੂੰ ਆਉਣਾ ਸੀਗਾ, ਜੇ ਕਿਤੇ ਉਸ ਟਾਈਮ ਗਿਰ ਜਾਂਦਾ ਤਾਂ ਇਹ ਬੜਾ ਵੱਡਾ ਹਾਦਸਾ ਹੋ ਸਕਦਾ ਸੀਗਾ ਜੀ। ਕੀ ਲੱਗਦਾ ਇਹ ਕਾਫੀ ਵੱਡੀ ਨਲਾਇਕੀ ਇਹਨਾਂ ਦੀ? ਹਾਂਜੀ, ਦੇਖੋ ਇਹਨਾਂ ਨੇ ਮਤਲਬ ਕੋਈ ਸੇਫਟੀ ਨਹੀਂ ਹੈਗੀ ਇਸ ਚੀਜ਼ ਦੀ, ਸਿੰਗਲ ਪੈਂਪ ਦੇ ਉੱਪਰ ਖੜਾਇਆ ਹੋਇਆ ਸੀ ਇਹਨਾਂ ਨੇ, ਅਤੇ ਮਤਲਬ ਫਿਰ ਵੀ ਬਹੁਤ ਬਚਾਅ ਹੋ ਗਿਆ ਇਹਨਾਂ ਦਾ ਜੋ ਪਹਿਲਾਂ ਹੀ ਹੋ ਗਿਆ। ਜੇ ਕਿਸ ਟਾਈਮ ਉਸ ਟਾਈਮ ਹੋ ਜਾਂਦਾ ਜਿਸ ਟਾਈਮ ਕੱਟ ਸੀਗਾ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਕਿਤੇ ਜੋ ਇਹ ਰਾਵਣ ਗਿਰ ਗਿਆ ਨੁਕਸਾਨ ਵੀ ਹੋ ਸਕਦਾ? ਨੁਕਸਾਨ ਬੱਚੇ ਗਏ ਸੀ, ਆਲੇ ਦੁਆਲੇ ਬੱਚੇ ਖੇਡ ਰਹੇ ਸੀਗੇ, ਕਿਸੇ ਦਾ ਨੁਕਸਾਨ ਵੀ ਹੋ ਸਕਦਾ, ਕੋਈ ਬੜੀ ਗੱਲ ਨਹੀਂ ਹੈ, ਛੋਟੇ ਛੋਟੇ ਬੱਚੇ ਨੇ। ਠੀਕ ਹੈ ਜੀ, ਕੀ ਲੱਗਦਾ ਵੀ ਜਿਹੜਾ ਹੈਗਾ ਅਣਗਹਿਲੀ ਹੈ ਪੂਰੀ ਤਰ੍ਹਾਂ, ਮਤਲਬ ਇਹਨਾਂ ਨੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬੰਨਿਆ ਨਹੀਂ ਨਾ, ਬੰਨਿਆ ਨਹੀਂ? ਉਹ ਹੈਗਾ ਵੀ ਕਾਫੀ 55 ਫੁੱਟ ਦਾ ਹੈਗਾ ਜੀ, ਕਾਫੀ ਬੜਾ ਲੰਬਾ। ਫਿਰ ਵੀ ਗਿਰ ਗਿਆ, ਦੱਸੋ ਇਹ ਤਾਂ ਗਿਰਨਾ ਨਹੀਂ ਚਾਹੀਦਾ, ਬੱਚਾ ਹੁਣ ਵੀ ਬਹੁਤ ਫਿਰਦੇ ਨਾਲ ਦੇਖਣ ਤਾਂ ਆਉਂਦਾ ਦੁਸ਼ਹਿਰੇ ਕਰਕੇ। ਹਾਂਜੀ, ਆਹੋ ਇਹ ਵੀ ਬੱਚਾ ਕਹਿੰਦਾ ਮੈਂ ਦੇਖਣਾ ਹੈ, ਮੈਂ ਕਿਹਾ ਚੱਲ ਤੈਨੂੰ ਦਿਖਾ ਲਿਆਉਂਦਾ ਪਹਿਲਾਂ। ਅੱਛਾ, ਹਾਂਜੀ। ਕਿੰਨੇ ਫੁੱਟ ਦੀ ਜਿਹੜਾ ਰਾਵਣ ਬਣਾਇਆ ਸੀ ਤੁਸੀਂ? ਇਹ 50 ਫੁੱਟ ਦਾ ਹੈਗਾ। ਅੱਛਾ, 50 ਫੁੱਟ। ਅਤੇ ਇਹ ਡਿੱਗ ਕਿਵੇਂ ਗਿਆ? ਇਹ ਹਵਾ ਦਾ ਝੋਕਾ ਪਿਆ ਉਧਰ ਵੱਧ, ਇੱਕ ਲੱਖ ਉਹ ਇੱਕ ਲੱਖ ਝੋਕੇ ਕਰਕੇ ਇਹਨੇ, ਮਤਲਬ ਮੋਟਾ ਹੈ ਨਾ, ਇਸ ਕਰਕੇ ਹਵਾ ਦਾ ਝੋਕਾ ਪੈਣ ਕਰਕੇ ਫਿਰ ਪਰਾਂ ਡਿੱਗ ਗਿਆ। ਹੁਣ ਇਹ ਪੈਰ ਤਾਂ ਤੁਹਾਨੂੰ ਪਤਾ ਹੀ ਹੈ, ਪੈਰ ਤਾਂ ਇੰਨੇ ਮੋਟੇ ਨਹੀਂ ਨਾ ਹੁੰਦੇ, ਫਿਰ ਹੈਗਾ ਮੋਟਾ ਇਹਦੇ, ਉਹ ਪਿਛਲੇ ਸਾਲ ਵੀ ਇਹਦੇ ਨਾਲ ਖੜਾ ਸੀ। ਤੁਸੀਂ ਕਿੱਥੇ ਸੀ ਜਦੋਂ ਇਹ ਹੋਇਆ? ਹਾਂ, ਕਿਵੇਂ ਗਿਰਿਆ ਫਿਰ? ਤੁਸੀਂ ਖੇਡ ਰਹੇ ਸੀ ਇੱਥੇ?
अच्छा। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।